ਦਾਦੂ ਜੀ, ਆਪਾਂ ਤੁਹਾਡੀ ਕਾਨਫਰੰਸ ਸੁਣੀ ਹੈ ਸਾਰੀ, ਜਿਹੜੇ ਤੁਸੀਂ ਤੁਹਾਡੇ ਉੱਤੇ ਕੁਛ ਆਰੋਪ ਲੱਗੇ, ਕੁਛ ਤੁਸੀਂ ਉਹਨਾਂ ਉੱਪਰ ਲਾਏ ਹੈਗੇ ਆ, ਆਪਾਂ ਉਹ ਗੱਲਾਂ ਨਾ ਕਰਦੇ, ਆਪਾਂ ਇੱਕ ਗੱਲ ਕਰਦੇ ਕਿ ਤੁਹਾਨੂੰ ਨਹੀਂ ਐਂ ਲੱਗਦਾ ਕਿ ਇਹ ਜਿਹੜਾ ਸਮੇਂ ਆ ਆਪਸੀ, ਜਿਹੜੀ ਤੁਹਾਡੀ ਸਿਰਮੌਰ ਕਮੇਟੀ ਆ, SGPC ਲਾ ਲਓ ਜਾਂ ਹਰਿਆਣਾ ਕਮੇਟੀ ਲਾ ਲਓ, ਆਪਾਂ ਨੂੰ ਸਿੱਖ ਮੁੱਦੇ ਚੁੱਕਣੇ ਚਾਹੀਦੇ, ਨਾ ਕਿ ਆਪਸ 'ਚ ਲੜਨਾ ਚਾਹੀਦਾ? ਬਿਲਕੁਲ, ਮੈਂ ਇਸ ਗੱਲ ਨਾਲ 101% ਐਗਰੀ ਹਾਂ। ਇੱਕ ਦਾਦੂ ਵਾਲੀ ਤਾਂ ਹੈ ਜਿਹੜਾ ਸਿੱਖ ਮੁੱਦਿਆਂ 'ਤੇ ਗੱਲ ਕਰਦਾ, ਮੇਰੀ ਕਮੇਟੀ 'ਚੋਂ ਮੈਨੂੰ ਦੂਜਾ ਆਦਮੀ ਦੱਸ ਦਿਓ ਜਿਹੜਾ ਸਿੱਖ ਮੁੱਦਿਆਂ 'ਤੇ ਗੱਲ ਕਰਦਾ ਹੋਵੇ। ਤੁਸੀਂ ਖੁਦ ਦੀਵਾ ਲੈ ਕੇ ਭਾੜ ਲਿਓ, ਬਲਜੀਤ ਸਿੰਘ ਦਾਦੂਵਾਲ ਧਰਮ ਪ੍ਰਚਾਰ ਦੇ ਨਾਲ ਨਾਲ ਸਿੱਖ ਮੁੱਦਿਆਂ 'ਤੇ ਸੰਘਰਸ਼ ਕਰਦਾ, ਰੀਡ ਕਰਦਾ, ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਵੇ, ਬੇਅਦਬੀ ਦੇ ਇਨਸਾਫ ਦੀ ਗੱਲ ਹੋਵੇ, ਸੰਘਰਸ਼ ਕੀਤਾ, ਧਰਨੇ ਮੁਜ਼ਾਹਰੇ ਮੁਕੱਦਮੇ ਕੱਟੇ, ਜੇਲ੍ਹਾਂ ਕੱਟੀਆਂ, ਇਸੇ ਗੱਲ 'ਚ ਆਰਮਜ ਐਕਟ ਦੇ ਪਰਚੇ, ਦੇਸ਼ ਧਰੋਹ, ਅਨਲਾਫੁਲ ਐਕਟੀਵਿਟੀ, ਬਹੁਤ ਕੁਝ, ਪਰ ਧਰਮ ਦੀ ਸੇਵਾ ਕਰਦਾ। ਕੋਈ ਦੂਸਰਾ ਕੋਈ ਇੱਕ ਅੱਧਾ ਹੋ ਸਕਦਾ ਵਾ ਸਾਡਾ ਮੈਂਬਰ ਜਿਹੜਾ ਕੋਈ ਇਸ ਦੇ ਵਿੱਚ ਹੋਵੇ, ਤੀਸਰਾ ਕੋਈ ਹੈ ਤਾਂ ਮੈਨੂੰ ਦੱਸ ਦਿਓ। ਜਦੋਂ ਦੀ ਤੁਹਾਡੀ SGPC ਨਾਲੋਂ ਅਲੱਗ ਹੋਈ ਆ ਕਮੇਟੀ, ਆਪਾਂ ਦੇਖਿਆ ਕਿ ਉਸ ਸਮੇਂ ਦੇ ਤੁਹਾਡੇ ਜਿਹੜੇ ਰੌਲੇ ਇੱਥੇ ਪ੍ਰਧਾਨ ਕੀ ਦੇ, ਜ਼ਿਆਦਾ ਨਹੀਂ ਵੱਧਦੇ ਜਾ ਰਹੇ ਕੁਛ? ਬਿਲਕੁਲ, ਇਹ ਨੋਮੀਨੇਟਡ ਕਮੇਟੀ ਆ, ਕੋਈ ਕੁੰਡਾ ਨਹੀਂ ਆ, ਕੁਛ ਧੜੇ ਦੇ ਜਾਂ ਸੰਗਤਾਂ ਦੇ ਚੁਣੇ ਨੁਮਾਇੰਦੇ ਨਹੀਂ ਆ, ਸਰਕਾਰ ਦੇ ਵੱਲੋਂ ਨੋਮੀਨੇਟਡ ਕਮੇਟੀ ਸੀਗੇ, ਅਤੇ ਜਿਹੜੇ ਮੈਂਬਰ ਨੇ ਥੋੜ੍ਹੇ ਸੁਹਿਰਦ ਨੇ, ਜਿਹੜੇ ਮਤਲਬ ਇਸ ਗੱਲ ਨੂੰ ਸਮਝਦੇ ਆ, ਅਤੇ ਬਹੁਤੇ ਜਿਹੜੇ ਸਰਕਾਰੀ ਚੋਰ ਮੋਰੀ ਰਾਹੀਂ ਦਾਖਲ ਹੋਏ, ਜਿਨ੍ਹਾਂ ਦਾ ਪਿਛੋਕੜ ਧਾਰਮਿਕ ਨਹੀਂ ਆ, ਜਿਹੜੇ ਇੱਕ ਰਾਤ ਪਹਿਲਾਂ ਗਾਤਰਾ ਕਿਰਪਾਨ ਪਾਉਂਦੇ ਆ ਮੈਂਬਰ ਬਣਨ ਲਈ, ਅੰਮ੍ਰਿਤ ਵੀ ਛਕਿਆ ਕਿ ਨਹੀਂ ਛਕਿਆ ਰਮਨੀਕ ਸਿੰਘ ਮਾਨ ਵਰਗੇ, ਤਾਂ ਉਹਨਾਂ ਨੂੰ ਅਸੀਂ ਕੀ ਆਸ ਕਰ ਸਕਦੇ ਕਿ ਉਹ ਧਰਮ ਦੀ ਗੱਲ ਕਰਨਗੇ? ਲਿਫਾਫੇ ਲਿਫਾਫੇਬਾਜ਼ੀ 'ਚੋਂ ਮੈਂਬਰ ਬਣੇ ਅਤੇ ਲਿਫਾਫੇਬਾਜ਼ੀ ਦੀਆਂ ਗੱਲਾਂ ਕਰਦੇ, ਇਸ ਕਰਕੇ ਅਸੀਂ ਚਾਹੁੰਦੇ ਕਿ ਸਾਡੀ ਕਮੇਟੀ ਸਾਫ ਸੁਥਰੀ ਹੋਵੇ, ਧਰਮ ਦਾ ਪ੍ਰਚਾਰ ਪ੍ਰਬੰਧ ਸੱਜਾ ਕਰੇ, ਅਤੇ ਇਹੋ ਜਿਹੇ ਬੰਦੇ ਜਿਹੜੇ ਉਹ ਬਾਹਰ ਹੋਣ। ਜਿਹੜੇ ਤਰੀਕੇ ਨਾਲ ਸਰਕਾਰ ਦੀ ਇਨਵੋਲਵਮੈਂਟ ਆਪਣੇ ਜਿਹੜੇ ਸਿੱਖ ਪੰਥ ਜਾਂ ਆਪਣੀ ਸਿਰਮੌਰ ਕਮੇਟੀਆਂ ਦੇ ਵਿੱਚ ਜਲ ਇਨਵੋਲਵਮੈਂਟ ਹੋ ਜਾਂਦੀ ਹੈ, ਆਪਣੇ ਵਾਸਤੇ ਆਉਣ ਵਾਲਾ ਸਮਾਂ ਖਤਰਨਾਕ ਨਹੀਂ ਹੋ ਜਾਏਗਾ? ਬਿਲਕੁਲ, ਬਹੁਤ ਖਤਰਨਾਕ, ਕਿਸੇ ਵੀ ਧਰਮ ਦੇ ਵਿੱਚ ਕਿਸੇ ਸਿਆਸਤ ਦਾ ਦਖਲ ਅੰਦਾਜ਼ੀ, ਸਾਡਾ ਮੀਰੀ ਪੀਰੀ ਦਾ ਸਿਧਾਂਤ ਆ, ਗੁਰੂ ਸਾਹਿਬ ਨੇ, ਅਕਾਲ ਤਖ਼ਤ ਸਾਹਿਬ ਸਾਨੂੰ ਹਰਿਮੰਦਰ ਸਾਹਿਬ ਔਰ ਨਾਲ ਸੰਤ ਸਿਪਾਹੀ ਭਗਤੀ ਅਤੇ ਸ਼ਕਤੀ ਮਾਲਾ ਅਤੇ ਤਲਵਾਰ ਦਾ ਸਿਧਾਂਤ ਦਿੱਤਾ ਆ, ਪਰ ਮੈਂ ਚਾਹੁੰਦਾ ਨਾ ਮੰਦਰਾਂ 'ਚ, ਨਾ ਮਸਜਿਦਾਂ, ਨਾ ਚਰਚਾਂ, ਨਾ ਗੁਰਦੁਆਰੇ, ਕਿਤੇ ਵੀ ਸਿਆਸਤ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਸਾਡੇ ਵੀ ਧਰਮ 'ਚ ਧਰਮ ਮੂਹਰੇ ਅਤੇ ਰਾਜਨੀਤੀ ਪਿੱਛੇ, ਉਹ ਵੀ ਧਾਰਮਿਕ ਰਾਜਨੀਤੀ, ਔਰ ਇਸ ਤਰੀਕੇ ਨਾਲ ਦਖਲਅੰਦਾਜ਼ੀ, ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ, ਕੁਝ ਜ਼ਿੰਮੇਵਾਰੀਆਂ ਸਰਕਾਰ ਦੀਆਂ, ਚਾਹੇ ਉਹ ਸ਼੍ਰੋਮਣੀ ਕਮੇਟੀ ਆ, ਦਿੱਲੀ ਕਮੇਟੀ ਆ, ਚਾਹੇ ਹਜ਼ੂਰ ਸਾਹਿਬ ਬੋਰਡ ਆ, ਪਟਨਾ ਸਾਹਿਬ ਬੋਰਡ, ਹਰਿਆਣਾ ਕਮੇਟੀ ਆ, ਉਹ ਜ਼ਿੰਮੇਵਾਰੀਆਂ ਸਰਕਾਰ ਦੀਆਂ ਹੁੰਦੀਆਂ। ਜਿਵੇਂ ਹੁਣ ਸਾਡਾ ਜਿਹੜਾ ਐਕਟ ਬਣਿਆ, ਉਹਦੇ ਵਿੱਚ ਜਿੰਨਾ ਚਿਰ ਇਲੈਕਸ਼ਨ ਨਹੀਂ ਹੁੰਦੀ, ਕਮੇਟੀ ਜਿਹਨੇ ਪ੍ਰਬੰਧ ਕਰਨਾ, ਨੋਮੀਨੇਟ, ਉਹ ਹਰਿਆਣਾ ਸਰਕਾਰ ਨੇ ਕਰਨੀ ਆ। ਵਾਰਡ ਬੰਦੀ 40 ਵਾਰਡ ਚੁਣੇ ਬਣੇ ਆ, ਉਹ ਸਰਕਾਰ ਨੇ ਬਣਾਉਣੇ ਆ, ਵੋਟਾਂ ਸਰਕਾਰ ਨੇ ਬਣਾਉਣੀਆਂ, ਫਿਰ ਆਪਣਾ ਇਲੈਕਸ਼ਨ ਸਰਕਾਰ ਨੇ ਕਰਾਉਣੀ ਆ। ਇਹ ਸਰਕਾਰ ਦਾ ਅਧਿਕਾਰ ਖੇਤਰ ਆ, ਜਿਹੜਾ ਸਾਡਾ ਜਨਰਲ ਹਾਊਸ ਆ, ਚਾਹੇ ਉਹ ਨੋਮੀਨੇਟ ਜਿਹੜੀ ਵੀ ਸਰਕਾਰ ਆ ਉਹਨੇ ਹੀ ਕਰਨਾ ਵਾ। ਹੁਣ ਜਿਵੇਂ ਜਗਦੀਸ਼ ਸਿੰਘ ਝੀਂਡਾ ਕਹਿੰਦਾ ਇਹ ਸਰਕਾਰੀ ਕਮੇਟੀ ਆ ਜਿਹੜੀ ਹੁਣ BJP ਸਰਕਾਰ ਨੇ ਬਣਾਈ, ਮੈਂ ਪੁੱਛਣਾ ਚਾਹੁੰਦਾ ਜਿਹੜੀ ਕਾਂਗਰਸ ਸਰਕਾਰ ਨੇ ਉਦੋਂ 14 'ਚ ਬਣਾਈ ਸੀ, ਉਹ ਅਕਾਲ ਤਖ਼ਤ ਨੇ ਬਣਾਈ ਸੀ, ਦੱਸੋ? ਉਹ ਵੀ ਤਾਂ ਸਰਕਾਰੀ, ਕਿਉਂਕਿ ਸਰਕਾਰ ਦਾ ਅਧਿਕਾਰ ਆ, ਨੋਮੀਨੇਟਡ ਕਮੇਟੀ ਸਰਕਾਰ ਨੇ ਬਣਾਉਣੀ ਆ। ਪਰ ਜਿਹੜੀ ਨੋਮੀਨੇਟ ਕਮੇਟੀ ਆ ਉਹਦੇ ਵਿੱਚ 11 ਮੈਂਬਰੀ ਐਗਜ਼ੈਕਟਿਵ ਜਿਹੜੀ ਉਹ ਸਰਕਾਰ ਨੇ ਨਹੀਂ ਚੁਣਨੀ, ਉਹ ਜਨਰਲ ਹਾਊਸ ਨੇ ਆਪਣੀ ਸਰਬਸੰਮਤੀ ਨਾਲ ਚੁਣਨੀ ਆ ਕਿ ਕੌਣ ਪ੍ਰਧਾਨ, ਕੌਣ ਸੀਨੀਅਰ ਮੀਤ ਪ੍ਰਧਾਨ, ਕੌਣ ਜਨਰਲ ਸਕੱਤਰ, ਕੌਣ ਮੀਤ ਸਕੱਤਰ, ਕੌਣ ਐਗਜ਼ੈਕਟਿਵ ਮੈਂਬਰ। ਤੋ ਇੱਥੇ ਮੈਂ ਅਪੀਲ ਕਰੂੰਗਾ, ਮੈਂ ਪਹਿਲਾਂ ਵੀ ਕੀਤੀ ਆ ਕਿ ਸਰਕਾਰਾਂ, ਕੋਈ ਵੀ ਸਰਕਾਰ, ਕੋਈ ਵੀ ਪਾਰਟੀ ਇਸ ਕੰਮ 'ਚ ਦਖਲਅੰਦਾਜ਼ੀ ਨਾ ਕਰੇ। ਇਹ ਸਿੱਖਾਂ ਦੇ ਚੁਣੇ, ਤੁਸੀਂ ਨੋਮੀਨੇਟ ਕਰ ਦਿਓ ਮੈਂਬਰ, ਜਿਹੜੇ ਵੀ ਕਰਨੇ ਉਹ ਆਪੇ ਆਪਣਾ ਫੈਸਲਾ ਕਰ ਲੈਣ ਜਨਰਲ ਹਾਊਸ ਦੇ ਵਿੱਚ। ਪਰ ਜਦੋਂ ਆਰਜੀ ਚਾਰਜ ਦਿੱਤੇ ਗਏ ਹੋਮ ਸੈਕਟਰੀ ਹਰਿਆਣਾ ਸਰਕਾਰ ਵੱਲੋਂ, ਉੱਥੇ ਰੌਲੇ ਜਿਹੜੇ ਸੀ ਉਹ ਫਿਰ ਸ਼ੁਰੂ ਹੋ ਗਏ ਬਾਅਦ 'ਚ। ਪਹਿਲਾਂ ਵੀ ਜਦੋਂ ਮਹੰਤ ਨੂੰ ਸਿੱਧਾ ਲਿਆ ਕੇ ਅਨਾਊਂਸ ਕਰਕੇ ਡਿਕਟੇਟਰਸ਼ਿਪ ਨਾਲ ਬਿਠਾਇਆ ਗਿਆ, ਜਿਹੜੇ ਮਹੰਤ ਦਾ ਕੋਈ ਸਰੋਕਾਰ ਹੀ ਨਹੀਂ ਸੀ ਹਰਿਆਣਾ ਕਮੇਟੀ ਨਾਲ,
1921 ਚ ਅਸੀਂ ਮਹੰਤ ਕੱਢੇ, ਨਰੈਣੂ ਮਹੰਤ ਉਹਦੇ ਸਾਥੀ 2022 ਚ ਬੈਠ ਗਏ। ਸੋ ਇਸ ਕਾਰਨ ਕਿ ਮੈਂ ਹਮੇਸ਼ਾ ਹਰਿਆਣਾ ਸਰਕਾਰ ਨੂੰ ਇਹੀ ਤਾਕੀਦ ਕੀਤੀ ਆ, ਇਹੀ ਸਲਾਹ ਦਿੱਤੀ ਆ ਕਿ ਗੁਰੂ ਘਰਾਂ ਦੇ ਪ੍ਰਬੰਧ, ਅਸੀਂ ਤਾਂ ਸਿੱਖ ਜਿਹੜੇ ਸੀ ਸਾਡੇ ਰਾਜਨੀਤਿਕ ਸ਼੍ਰੋਮਣੀ ਅਕਾਲੀ ਦਲ, ਉਹਦਾ ਵੀ ਦਖਲ ਅਸੀਂ ਬਰਦਾਸ਼ਤ ਨਹੀਂ ਕੀਤਾ। ਦੇਖੋ ਅਕਾਲੀ ਦਲ ਸਿੱਖਾਂ ਦੀ ਇੱਕ ਪਾਰਟੀ ਸੀ, ਪਰ ਜਦੋਂ ਉਹਨੇ ਗੁਰਦੁਆਰਿਆਂ 'ਚ ਦਖਲ ਦਿੱਤਾ ਸਿਆਸੀਕਰਨ ਕਰਨ ਦੀ ਕੋਸ਼ਿਸ਼, ਅੱਜ ਅਕਾਲੀ ਦਲ ਬਾਦਲ ਦਾ ਕੀ ਹਾਲ ਹੋ ਗਿਆ। ਜਦੋਂ ਸਾਡਾ ਢੱਠਿਆ ਅਕਾਲ ਤਖ਼ਤ ਜਿਹੜਾ ਤੋਪਾਂ ਟੈਂਕਾਂ ਨਾਲ ਢਾਇਆ ਹਿੰਦ ਹਕੂਮਤ ਨੇ, ਅਤੇ ਉਹਨੂੰ ਸਰਕਾਰ ਨੇ ਉਸਾਰਤਾ, ਅਸੀਂ ਤਾਂ ਸਰਕਾਰ ਦਾ ਬਣਾਇਆ ਅਕਾਲ ਤਖ਼ਤ ਪ੍ਰਵਾਨ ਨਹੀਂ ਕੀਤਾ, ਸਿੱਖਾਂ ਨੇ ਢਾਹ ਕੇ ਆਪ ਉਸ ਨੂੰ ਇਮਾਰਤ ਨੂੰ ਅਤੇ ਖੁਦ ਅਕਾਲ ਤਖ਼ਤ ਉਸਾਰਿਆ। ਜੇ ਅਸੀਂ ਸਿੱਖਾਂ ਵੱਲੋਂ ਅਤੇ ਗੈਰ ਸਿੱਖਾਂ ਵੱਲੋਂ ਇਸ ਤਰ੍ਹਾਂ, ਮੈਂ ਹਮੇਸ਼ਾ ਸਰਕਾਰ ਨੂੰ ਕਿਹਾ ਕਿ ਇਸ ਪ੍ਰਬੰਧ ਦੇ ਵਿੱਚ ਕਿਸੇ ਤਰ੍ਹਾਂ ਦੀ ਦਖਲ, ਮੇਰੇ 2 ਸਾਲ 2.5 ਸਾਲ ਦਾ ਕਾਰਜ ਕਰ ਰਿਹਾ ਸਰਕਾਰ ਨੇ ਕਦੇ ਦਖਲਅੰਦਾਜ਼ੀ ਨਹੀਂ ਕੀਤੀ, ਪਰ ਹੁਣ ਜਿਹੜੀ ਪਿਛਲੇ ਸਮੇਂ ਦੇ ਵਿੱਚ ਦੇਖਣ ਨੂੰ ਆਈ, ਉਹਦੇ ਲਈ ਮੈਂ ਸਰਕਾਰ ਨੂੰ ਅਪੀਲ ਸਮੇਂ ਜਾ ਕੇ ਕਰਦਾ ਰਿਹਾ ਕਿ ਇਸ ਤਰ੍ਹਾਂ ਦੀ ਕੋਈ ਦਖਲਅੰਦਾਜ਼ੀ ਨਾ ਹੋਵੇ। ਬਾਦਲਾਂ ਦੀ ਦਖਲਅੰਦਾਜ਼ੀ ਵੀ ਬਰਦਾਸ਼ਤ ਨਹੀਂ ਕੀਤੀ, ਉਹਨਾਂ ਦਖਲ ਦਿੱਤਾ ਤਾਂ ਹਸਰ ਕੀ ਹੋਇਆ, ਜੇਕਰ ਆਪਾਂ ਕੋਈ ਹੋਰ ਪਾਰਟੀ ਵੀ ਇੱਦਾਂ ਦਖਲ ਦਊ ਤਾਂ ਹਸਰ ਮਾੜਾ ਹੋਊ। ਇਸ ਕਰਕੇ ਤੁਸੀਂ ਕਮੇਟੀ ਨੋਮੀਨੇਟ ਕਰੋ, ਇਹ ਅਧਿਕਾਰ ਤੁਹਾਡਾ ਵਾ, ਪਰ ਜਨਰਲ ਹਾਊਸ ਆਪਣੇ ਐਗਜੈਕਟਿਵ ਚੁਣੇ, ਜਨਰਲ ਹਾਊਸ ਦਾ ਅਧਿਕਾਰ ਆ। ਸੋ ਕਿਸੇ ਤਰ੍ਹਾਂ ਦਾ ਵੀ ਦਖਲ ਕਿਸੇ ਵੀ ਧਰਮ ਸਥਾਨ 'ਤੇ ਮੈਂ ਸਮਝਦਾ ਉਹ ਨਹੀਂ ਹੋਣਾ ਚਾਹੀਦਾ। ਤਾਂ ਸਿਆਸਤ ਦੀ ਗੱਲ ਕਰਦੇ ਹਾਂ, ਖੰਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਖੜੇ ਆ, ਕਿੱਦਾਂ ਦੇਖਦੇ ਤੁਸੀਂ ਉਹਨਾਂ ਦੇ ਚੋਣ ਪ੍ਰਚਾਰ ਦਾ ਹਿੱਸਾ ਬਣੇ? ਮੈਂ ਤਾਂ ਹਰੇਕ ਜਗ੍ਹਾ 'ਤੇ ਕਿਹਾ ਕਿ ਦੇਖੋ ਜਿੱਥੇ ਸਿੱਖ ਮੁੱਦਿਆਂ ਦੀ ਗੱਲ ਹੁੰਦੀ, ਸਾਡੇ ਕੌਮ ਦੇ ਮੁੱਦਿਆਂ ਦੀ, ਉੱਥੇ ਸਾਡਾ ਸਮਰਥਨ ਆ ਹਰ ਜਗ੍ਹਾ 'ਤੇ, ਬਾਕੀ ਵੋਟਾਂ ਨੇ ਲੋਕਾਂ ਦੀਆਂ, ਪੰਜਾਬ ਆ, ਹਰਿਆਣਾ ਵਾ, ਦਿੱਲੀ ਆ, ਰਾਜਸਥਾਨ ਆ, ਯੂਪੀ ਆ, ਬੜੀਆਂ ਪਾਰਟੀਆਂ ਨੇ, ਬੜੇ ਉਮੀਦਵਾਰ ਨੇ, ਲੋਕਾਂ ਦੀਆਂ ਵੋਟਾਂ ਉਹਨਾਂ ਦੇਖਣਾ ਵੀ ਕਿਹਦੇ ਹੱਥਾਂ 'ਚ ਦੇਸ਼ ਸੁਰੱਖਿਅਤ ਆ, ਕਿਹਦੇ ਹੱਥਾਂ 'ਚ ਧਰਮ ਸੁਰੱਖਿਅਤ ਆ, ਕਿਹਦੇ ਹੱਥਾਂ 'ਚ ਸਾਡਾ ਸਮਾਜ ਸੁਰੱਖਿਅਤ ਆ, ਇਹ ਲੋਕਾਂ ਨੇ ਦੇਖਣਾ, ਲੋਕ ਸਿਆਣੇ ਆ। ਮੈਂ ਹਮੇਸ਼ਾ ਅਪੀਲ ਕਰਦਾ ਹੁੰਦਾ, ਹਾਂ ਮੈਨੂੰ ਕੋਈ ਕਰਪਟ ਲੱਗਦਾ ਮੈਂ ਉਹਦੇ ਖਿਲਾਫ਼ ਜ਼ਰੂਰ ਕਹਿੰਦਾ ਹੁੰਦਾ ਵੀ ਭਾਈ ਇਹਨੂੰ ਹਰਾਓ, ਭਾਵੇਂ ਹੋਰ ਜਿਹਨੂੰ ਮਰਜ਼ੀ ਜਿਤਾਓ। ਅਤੇ ਅਸੀਂ ਇਹੀ ਗੱਲ ਜਿਹੜੀ ਆ ਮੈਂ ਕਹਿਣਾ ਚਾਹੁੰਦਾ ਵਾਂ ਕਿ ਅੱਜ ਵੀ, ਕਿ ਚਾਹੇ ਉਹ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਆ, ਚਾਹੇ ਉਹ ਭਾਈ ਸਰਬਜੀਤ ਸਿੰਘ ਮਲੋਵਾ ਖੜੇ ਆ ਫਰੀਦਕੋਟ ਤੋਂ, ਉਹਨਾਂ ਦੀ ਗੱਲ ਆ, ਚਾਹੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਗੱਲ, ਇਹ ਸੰਗਤਾਂ ਨੇ ਦੇਖਣਾ ਕਿ ਤੁਹਾਡੀ ਗੱਲ ਕਰਦੇ ਆ ਨਾ, ਕੌਮ ਦੀ ਪੰਥ ਦੀ ਗੱਲ ਕਰਦੇ ਆ ਤਾਂ ਤੁਸੀਂ ਸਮਰਥਨ ਦਿਓ, ਜੇ ਤੁਹਾਨੂੰ ਲੱਗਦਾ ਇਹ ਨਹੀਂ ਕੌਮ ਦੀ ਪੰਥ ਦੀ ਤਾਂ ਪੰਜਾਬ ਦੀ ਗੱਲ ਨਹੀਂ ਕਰਦੇ ਤਾਂ ਨਾ ਦਿਓ, ਵੋਟਾਂ ਲੋਕਾਂ ਦੀਆਂ, ਸਮਰਥਨ ਲੋਕਾਂ ਨੇ ਦੇਣਾ। ਮੈਂ ਕਦੇ ਵੀ ਚੋਣ ਪ੍ਰਚਾਰ ਅੱਜ ਤੱਕ ਨਹੀਂ ਕੀਤਾ, ਮੈਂ ਕਦੇ ਵੀ ਨਹੀਂ, 1-2 ਵਾਰ ਸ਼ਾਇਦ ਸਰਦਾਰ ਸਿਮਰਨਜੀਤ ਸਿੰਘ ਮਾਨ ਜਾਂ ਭਾਈ ਰਣਜੀਤ ਸਿੰਘ ਸਿੰਘ ਸਾਹਿਬ ਨੇ ਮੈਨੂੰ ਕਿਹਾ ਸੀ, ਅਤੇ ਇੱਕ ਵਾਰ ਮੈਂ ਉਹਨਾਂ ਦੇ ਕਹਿਣ 'ਤੇ 1-2 ਥਾਵਾਂ 'ਤੇ ਗਿਆ ਸੀ, ਉਹ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ, ਕਿ ਉਹ ਸ਼ਾਇਦ ਸੰਗਰੂਰ ਤੋਂ ਉਦੋਂ ਖੜ੍ਹੇ ਸੀ ਔਰ ਜਿੱਤੇ ਵੀ ਸੀਗੇ ਉਸ ਵੇਲੇ ਵੀ ਉਹ। ਤੋ ਮੈਂ ਕਦੇ ਵੀ ਕਿਸੇ ਚੋਣ ਪ੍ਰਦਾ, ਹਾਂ ਸਾਰੇ ਮੇਰੇ ਕੋਲ ਹੁਣ ਵੀ ਗੁਰਦੁਆਰਾ ਦਾਦੂ ਸਾਹਿਬ, ਮੈਂ ਕੱਲ੍ਹ ਇੱਥੇ ਸੀਗਾ, ਦੇਖੋ ਕੁਰੂਕਸ਼ੇਤਰ ਸੀਗਾ ਤਾਂ ਸਾਡੇ ਪਿੱਛੇ ਜਿਹੜੇ ਭਾਈ ਅਭੇ ਚੁਟਾਲਾ, ਉਹਨਾਂ ਦੇ ਵਾਈਫ ਕਾਂਤਾ ਚਾਵਲਾ, ਉਹ ਸ਼ਾਇਦ ਕਿਤੋਂ ਲੜ ਰਹੇ ਆ, ਉਹ ਗੁਰਦੁਆਰਾ ਦਾਦੂ ਸਾਹਿਬ ਗਏ ਸੀ। ਮੇਰੇ ਕੋਲ ਉੱਥੇ ਜਥੇਦਾਰ ਆਪਣਾ ਗੁਰਮੀਤ ਸਿੰਘ ਖੁੜੀਆ ਆਏ, ਉਹ ਆਮ ਪਾਰਟੀ ਤੋਂ ਲੜ ਰਹੇ ਆ ਬਠਿੰਡਾ ਤੋਂ, ਬੀਬੀ ਪਰਮਪਾਲ ਕੌਰ IAS ਉਹ BJP ਤੋਂ ਲੜ ਰਹੇ ਆ, ਬੀਬੀ ਪਰਮਪਾਲ ਕੌਰ ਮਲੂਕਾ ਉਹ ਉੱਥੇ ਗੁਰਦੁਆਰਾ ਦਾਦੂ ਸਾਹਿਬ ਆਏ। ਮੇਰੇ ਕੋਲ ਉੱਥੇ ਕੁਮਾਰੀ ਸੈਲਜਾ ਉਹ ਕਾਂਗਰਸ ਤੋਂ ਲੜ ਰਹੇ ਆ, ਅਸ਼ੋਕ ਤੰਵਰ BJP ਤੋਂ ਲੜ ਰਹੇ ਆ, ਔਰ ਇਸੇ ਤਰ੍ਹਾਂ ਜਿਹੜੇ NLO ਤੋਂ ਲੜ ਰਹੇ ਆ, ਗੁਰਦੁਆਰਾ ਦਾਦੂ ਸਾਹਿਬ ਸਾਰੇ ਹੀ ਆਉਂਦੇ ਮੱਥਾ ਟੇਕਣ ਵਾਸਤੇ, ਸਾਰਿਆਂ ਦਾ ਸਨਮਾਨ ਆ ਉੱਥੇ। ਪਰ ਜਿਹੜਾ ਇਹ ਵੋਟਾਂ ਇਸ ਸੰਗਤਾਂ ਦੀਆਂ ਨੇ, ਉਹਨਾਂ ਨੇ ਆਪਣੀ ਮਰਜ਼ੀ ਨਾਲ ਪਾਉਣੀਆਂ, ਮੇਰੇ ਕੋਲ ਸਭ ਦਾ ਸਵਾਗਤ। ਹਾਂ ਮੈਨੂੰ ਜਿੱਥੇ ਕੋਈ ਗਲਤ ਲੱਗਦਾ ਮੈਂ ਉਹਦਾ ਵਿਰੋਧ ਜ਼ਰੂਰ ਕਰਦਾ, ਔਰ ਮੈਂ ਕਦੇ ਕੰਪੇਨ ਦਾ ਹਿੱਸਾ ਕਦੇ ਨਹੀਂ। ਧੰਨਵਾਦ।